ਮੈਂ ਹਾਂ ਸਰਬਜੀਤ ਪਿੰਡੂ ਲਾਈਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ। ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਆ। ਤੇ ਲੋ ਜੀ ਹੁਣ ਚੱਲਦੇ ਆ ਅਸੀਂ, ਅੱਜ ਗੈਸ ਕਰਕੇ ਦੱਸਿਓ ਕਿੱਥੇ ਜਾਂਦੇ ਆ। ਤੇ ਤਿਆਰ ਹੋ ਗਏ, ਇੱਧਰ ਬੱਚੇ ਵੀ ਤਿਆਰ ਹੋ ਗਏ ਨੇ, ਸਿਮਰ ਨੂੰ ਬੈਠਾ ਤੇ ਮਨਿੰਦਰ ਇੱਧਰ ਆ ਤੇ ਸਰਦਾਰ ਜੀ ਨੇ ਬਾਹਰੇ। ਤੇ ਜਿੱਥੇ ਅਸੀਂ ਜਾਂਦੇ ਆ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ। ਤੇ ਹਲੇ ਅਸੀਂ ਮਤਲਬ ਕਿ ਬਸ ਤਰੀਕ ਦੱਸਣ ਦੀ ਲੋੜ ਹੀ ਨਹੀਂ। ਤੇ ਚਲੋ ਜੀ ਚੱਲਦੇ ਹਾਂ, ਫਿਰ ਰਸਤੇ ਵਿੱਚ ਅਸੀਂ ਖੜਾਂਗੇ, ਜੋ ਸਮਾਨ ਲਵਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਤੇ ਚਲੋ ਜੀ ਚੱਲਦੇ ਹਾਂ, ਫਿਰ ਲੇਟ ਹੁੰਦੇ ਹਾਂ। ਤੇ ਜੀ ਹੁਣ ਆਪਾਂ ਰੁਕੇ ਹਾਂ ਮਿਠਾਈ ਵਾਲੀ ਦੁਕਾਨ ਤੇ, ਨਾਲੇ ਤਾਂ ਆਪਾਂ ਨੇ ਮਿਠਾਈ ਖਰੀਦਣੀ ਸੀ ਤੇ ਨਾਲੇ ਖਰੀਦਣੀ ਅਸੀਂ ਥੋੜ੍ਹੀਆਂ ਰੱਖੜੀਆਂ। ਤੇ ਦੇਖੋ ਬਹੁਤ ਵਧੀਆ ਉਹ ਮਤਲਬ ਕਿ ਜਿਹੜਾ ਹੋਟਲ ਹੈ ਜਿੱਥੋਂ ਅਸੀਂ ਮਿਠਾਈ ਲੈਂਦੇ ਹਾਂ, ਬਹੁਤ ਵਧੀਆ ਮਿਠਾਈ ਮਿਲਦੀ ਹੈ ਇੱਥੋਂ, ਕੋਈ ਇਹਦੇ ਵਿੱਚ ਮਿਠਾਈ 'ਚ ਮਿਲਾਵਟ ਨਹੀਂ ਹੁੰਦੀ ਹੈਗੀ। ਤੇ ਜਦੋਂ ਵੀ ਅਸੀਂ ਮਤਲਬ ਕਿ ਆਉਂਦੇ ਹਾਂ ਪੇਕੇ ਘਰ ਤਾਂ ਅਸੀਂ ਇੱਥੋਂ ਹੀ ਮਿਠਾਈ ਖਰੀਦਦੇ ਹਾਂ ਤੇ ਸਭ ਤੋਂ ਬੈਸਟ ਕੁਆਲਿਟੀ ਦੀ ਮਿਠਾਈ ਹੁੰਦੀ ਆ। ਤੇ ਜੋ ਇਹ ਮਤਲਬ ਕਿ ਹੋਟਲ ਹੈ, ਇਹਦਾ ਨਾਮ ਹੈਗਾ ਮੈਨੀ ਸਵੀਟਸ ਹੋਟਲ ਹੈ ਇਹ। ਤੇ ਜੋ ਵੀ ਅਸੀਂ ਮਤਲਬ ਕਿ ਜੋ ਵੀ ਖਾਣਾ ਪੀਣ ਦਾ ਸਮਾਨ ਲੈਣਾ ਹੋਵੇ, ਮਿਠਾਈ ਵਗੈਰਾ ਜਾਂ ਹੋਰ ਕੋਈ ਸਮੋਸੇ ਵਗੈਰਾ ਜਾਂ ਬ੍ਰੈਡ ਪਕੌੜੇ ਵਗੈਰਾ ਇੱਥੋਂ ਹੀ ਲੈ ਕੇ ਜਾਂਦੇ ਹਾਂ। ਅਤੇ ਪੂਰਾ ਵਧੀਆ ਮਤਲਬ ਕਿ ਸਭ ਤੋਂ ਫਸਟ ਨੰਬਰ 'ਤੇ ਹੋਟਲ ਹੈ ਇਹ। ਅਤੇ ਮਤਲਬ ਕਿ ਪੂਰਾ ਵਧੀਆ ਹਰ ਇੱਕ ਚੀਜ਼ ਵਧੀਆ ਮਿਲੂਗੀ ਅਤੇ ਕੋਈ ਡੁਪਲੀਕੇਟ ਵਗੈਰਾ ਕੁਛ ਇੱਦਾਂ ਦੀ ਕੋਈ ਚੀਜ਼ ਮਿਕਸ ਨਹੀਂ ਹੋਊਗੀ, ਪੂਰਾ ਓਰੀਜਨਲ ਕੁਆਲਿਟੀ ਵਾਲੀ ਮਿਠਾਈ ਹੋਊਗੀ। ਅਤੇ ਲਓ ਜੀ ਮਿਠਾਈ ਆਪਾਂ ਨੇ ਲੈ ਲਈ ਆ ਅਤੇ ਨਾਲ ਥੋੜ੍ਹੀਆਂ ਜਿਹੜੀਆਂ ਰੱਖੜੀਆਂ ਸੀ ਉਹ ਵੀ ਆਪਾਂ ਥੋੜ੍ਹੀ ਸ਼ੋਪਿੰਗ ਕਰ ਲਈ ਹੈ ਰੱਖੜੀਆਂ ਦੀ। ਅਤੇ ਬਾਕੀ ਜੋ ਆਪਾਂ ਸਾਰਾ ਸਮਾਨ ਲੈ ਕੇ ਅਤੇ ਚਲੋ ਚੱਲਦੇ ਹਾਂ ਜੀ ਹੁਣ ਆਪਾਂ ਗੱਡੀ ਵੱਲ। ਅਤੇ ਫਿਰ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਅਤੇ ਸਾਨੂੰ 7:15 ਹੋ ਗਏ ਸੀ, ਆਰਾਮ ਨਾਲ ਹੋ ਗਏ ਸੀ 7:15 ਹੋ ਗਏ ਸੀ। ਅਤੇ ਲਓ ਜੀ ਪੈਕਿੰਗ ਕਰ ਦਿੱਤੀ ਆ ਡੱਬਿਆਂ ਦੀ ਅਤੇ ਚਲੋ ਜੀ ਹੁਣ ਚੱਲਦੇ ਹਾਂ ਆਪਾਂ। ਅਤੇ ਗੱਡੀ ਆਪਣੀ ਉਹ ਖੜੀ ਹੈ ਸਾਹਮਣੇ ਅਤੇ ਸੜਕ ਪਾਰ ਕਰਕੇ ਫਿਰ ਆਪਾਂ ਚੱਲਦੇ ਹਾਂ। ਅਤੇ ਸਿਮਰ ਅਤੇ ਸਰਦਾਰ ਜੀ ਗਏ ਸੀ ਮਿਠਾਈ ਲੈਣ ਅਤੇ ਮੈਂ ਨਹੀਂ ਗਈ ਹੈਗੀ। ਮੈਂ ਕਿਹਾ ਤਾਂ ਤੁਸੀਂ ਲੈ ਆਓ, ਮੈਂ ਗੱਡੀ 'ਚ ਹੀ ਬਹਿ ਜਾਣੀ ਇੱਥੇ, ਤੁਸੀਂ ਆਪ ਹੀ ਲੈ ਆਓ। ਅਤੇ ਰੱਖੜੀਆਂ ਅਤੇ ਮਿਠਾਈ ਸਰਦਾਰ ਜੀ ਲੈ ਦਿੱਤੀ। ਲਓ ਜੀ ਆਪਾਂ ਪਹੁੰਚ ਗਏ ਹੁਣ ਆਪਣੇ ਘਰ, ਪੇਕੇ ਘਰ ਦਾ ਟੂਰ ਦੇਖੋ ਜੀ। ਇਹ ਹੈ ਮੇਰੇ ਪੇਕਾ ਘਰ ਅਤੇ ਨੀਚੇ ਹੈਗੀ ਆ ਮੇਰੇ ਵੀਰੇ ਦੀ ਦੁਕਾਨ ਅਤੇ ਉੱਪਰ ਪਾਇਆ ਹੋਇਆ ਆਪਣਾ ਰਿਹਾਇਸ਼ ਘਰ, ਉੱਪਰ ਰਿਹਾਇਸ਼ ਕੀਤੀ ਹੋਈ ਆ। ਲਓ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਡੈਡੀ ਜੀ ਖੜ੍ਹੇ ਨੇ ਅੱਗੇ। ਸਾਡੇ ਆਉਂਦਿਆਂ ਨੂੰ ਮੇਰੀ ਮੰਮੀ ਲਾਉਂਦੀ ਸੀ ਪਕੌੜੇ ਬ੍ਰੈਡ ਸਾਡੇ ਵਾਸਤੇ ਅਤੇ ਇੱਧਰ ਸਾਹਮਣੇ ਬੈਠੇ ਨੇ ਮੇਰੇ ਮੰਮੀ ਅਤੇ ਸਰਦਾਰ ਜੀ ਗਏ ਉੱਪਰ ਦੇਖ ਕੇ ਆਉਂਦੇ ਨੇ ਉੱਪਰ ਦਾ ਵਿਊ ਦਿਖਾਵਾਂਗੇ ਤੁਹਾਨੂੰ ਥੋੜ੍ਹਾ ਜਿਹਾ ਅਤੇ ਮੰਮੀ ਕਹਿੰਦੇ ਮੇਰੀ ਵੀਡੀਓ ਬਣਾ ਦਿਉ। ਲਓ ਜੀ ਹੁਣ ਉੱਪਰ ਵਾਲਾ ਵਿਊ ਦੇਖਿਓ, ਬਹੁਤ ਵਧੀਆ ਵਿਊ ਹੈ ਉੱਪਰ ਵਾਲਾ। ਉੱਪਰ ਆ ਚੁੱਕੇ ਹਾਂ ਅਸੀਂ। ਓ ਹੋ ਹੋ ਆ ਨਹੀਂ ਯਾਰ, ਰੈਡੀ ਕਰ, ਜ਼ਿੰਦਗੀ 'ਚ ਨਹੀਂ ਆਉਣਾ ਹੁਣ। ਆ ਨਹੀਂ ਯਾਰ ਉੱਪਰ ਦਰਖਤ ਤੂੰ ਵੀ ਉੱਪਰ ਸੀ, ਉੱਪਰ ਸੀ ਉਹ, ਤੂੰ ਤਾਂ ਬੈਠਾ ਨਹੀਂ ਸੀ, ਜੀਤ ਸੀ ਉੱਪਰ ਜਾਂਦੇ ਸੀ, ਤੂੰ ਡਰਦਾ ਸੀ ਅਰੇ ਸੋਨੂੰ ਤੇ ਡਰਨ ਡਰ ਲੱਗਦਾ ਮੈਨੂੰ ਤੇ ਹੋਣ ਬੋਰਾ ਨਹੀਂ ਲੱਗਦਾ। ਬੈਠ ਕੇ ਲਗਾ ਦੇ
लो मम्मी लाउंदे ने इधर ब्रेड, ब्रेड बनते ने गरम गरम। मम्मी कहंदी की खाना, मैं क्या ब्रेड ला के रखियो। मम्मी बनाउंदे ने ब्रेड, अंदर बनदी है चाह नाल। ते नेरा हो गया सानू इत्थे पहुंचदिआं नू, ओ जी बहुत ज्यादा नेरा हो गया। ते छोटी भैण हले आउंदी आ, ते ओ लिया समाना टप्पे ही। ते कहंदी जदों मैं पहुंच गई फोन करांगी, कहंदी मैं लै जिओ आके। मैं चल कोई ना ठीक है, कर दी फोन, असीं तैनूं लै जांगे आके। ते छोटा बेटा उहदा नाल, अभी ना आ उहदा, उहदी वी तुहाडे नाल वीडियो शेयर करांगे। बहुत ज्यादा शरारती बच्चा उह। ते मेरी मम्मी बैठी ने इधर, हैलो कर दे मम्मी। ते अंदर भरजाई लगी हुई है चाह बना, वो भी तुम दिखाने। तो इधर सिमरन लै रहा झूठे पींग, तो थोड़ा ना मेरा कैमरा मतलब खराब जहा हो पे चानन के कारण होंगे, पता नहीं फोन मेरा नीचे डिग्या थी वो कारण यदि वीडियो से थोड़िया जी लाइन जी आने लग गई, तो इस करके थोड़ी जी यदि जी क्वालिटी वह घट हो गई है। हम चलते आप अंदर, इधर चलता चाह पानी का प्रोग्राम। हेलो चाह पानी बर्फी वगैरह हो गया, बाकी समान हो गया, ये हो गया काजू बादाम हो गया बिस्कुट ठंडे नाल। इधर हो गई बर्फी, तो ये पाने गलास ठंडा। तो इधर आलू छिले पाए ने सब्जी बनाने वास्ते। सब्जी बनूगी अज काबरी, हले मसाला तैयारी होया। सब्जी बनूगी काबरी छोले पनीर आलू उबाल के। तो उधर चल दिया ने गल्लां बातां, सरदार जी ते डैडी जी करते ने गल्लां बातां। तो बच्चे गए ने नीचे खेडन, बच्चे गए हुए ने नीचे खेडन। चलो जी इन्ना असी चाह पानी पीने, तो जो रखड़ी बन्नांगे तुहाडे नाल वी वीडियो शेयर करांगे। तो हुण मैं लैनी आं पींग ते झूठे। मैं भी पींग चला के बह के देख ला, टुट भी ना जावे जी। पींग ते लैने आपां झूठे, मामे भी लैके देख ला। डिगदी तां नहीं मम्मी, टुटदी तां नहीं। झूठे दे नजारे ने बस। जे तुसी है मम्मी, जे तू मैनू दादा दी ना पींग दी फट्टी नहीं हैगी, मैं फट्टी बनवा लैंदी। ओहो गद्दी वाई बैठे तुसी, इहदा पुत डेग ना दी। चल अगली बार हां फट्टी बनवा लैंदी सच्ची। इक बार कह दा दिंदे पींग दी फट्टी लिया दी, नाले मिंट दा कम दी उहदा पींग दी फट्टी। मैनू तां याद नहीं थी पींग पाई होई है, मैं तां लिया देनी थी बनवा के। और पलाई ला के इन्नी सोहनी बनदी, चिट्टा सरमेका लवा देना थी उत्ते। लो जी आप फिर वीडियो शेयर कर दे तुहाडे नाल, जो रखड़ी बन्नांगे भाई दे। लो जी हुण पीने आपां ठंडा वगैरह। ते ओ आ गई है मेरी वड्डी भैण हैप्पी, भाग जा वड्डा हसी कब। आया उत्त पे आ जी, चक लो ये गर्म हुंदा पे आ। डैडी लै लो आ, चक लो गर्म हुंदा पे आ। आप स्टार्टिंग करिए जे, आप स्टार्टिंग करिए पहला। कहना खावे चाहे ना खावे, कहना पहला पहला जो खा ला। ये है गया जी मेरी छोटी भैन। इधर हो गया, हो गया गुलाब जामुन, हो गई कोकोनट वाले लड्डू, ए हो गई काजू कतरी। चौथी भतीजी बनूगी।
ਪਹਿਲਾਂ ਬਣਵਾ ਲਈ ਆ ਰੱਖੜੀਏ ਆਪ ਹੀ ਲੈ ਕੇ ਆਈ ਸੀ ਆਪਦੇ ਆਪ ਹੀ ਬਣਵਾ ਲਈ ਨਹੀਂ ਉਹ ਤਾਂ ਲੈਣਾ ਨੇ ਉਧਰ ਛੋਟਾ ਬੱਚਾ ਖੇਡਦਾ ਗੇਮ ਦੇਖੋ ਵੋਲਟ ਦੇ ਪੈਂਦੇ ਨੇ ਵਧਾ ਕੇ ਆ ਦੇਖੋ ਸਭ ਤੋਂ ਵੱਧ ਕਾਲੀ ਇਹਨੂੰ ਹੋਈ ਹੋਈ ਆ ਹੈਪੀ ਨੂੰ ਵੱਡੀ ਭੈਣ ਨੂੰ ਇੱਧਰ ਬੈਠੀ ਆ ਭਰਜਾਈ ਗੋਲੂ ਤਾਂ ਬਹਿ ਗਏ ਨਾਣ ਜੀ ਆ ਜਾਓ ਆ ਜਾਓ ਡੈਡੀ ਜੀ ਆ ਦੇਖੋ ਤੀਜੀ ਕੁਰਸੀ ਆ ਦੀ सब तो पहला तो बनती है मेरी बड़ी भैन फिर इस तो बाद बनूंगी मैं ते फिर मेथो बाद बनू मेरी छोटी भैन लो जी इधर बनी जाती है उरे भाई रेडी जी उरे आ जाओ आ जाओ उरे आ जाओ जी दो दिन मैच लगे ਮਮਾ ਕਿੱਥੇ ਆ लेट हो गया जाऊंगा यार मशीन देखने आ रही समान है वो सवेरे आ जाए पहुंची आ जाए ਤੇ ਉਹ ਫਿਰ ਇੱਕ ਵਜੇ ਨਾਲ ਥੋੜੇ ਨਹੀਂ ਕਰ ਬਦਲੀ ਆ ਜਾਂਦਾ ਇੱਕ ਹੋਰ ਆ ਉਹਦਾ ਨਾਮ ਤੇ ਤੇ ਦਿਨ ਵਾਲੇ ਪਾ ਦੂਗਾ ਨਹੀਂ ਕੋਈ ਗੱਲ ਨਹੀਂ ਕੋਈ ਹੱਥ ਵਧੀਆ ਜੀ ਵਧੀਆ ਕੰਮ ਕਰੀ ਹੋਰੀ ਆ ਵਧੀਆ ਆ ਰਹੀ ਅੱਜ ਵਧੀਆ ਆ ਰਹੀ ਇੱਕ ਕਿੱਥੇ ਆ ਉਹ ਦੱਸ ਦਿੰਦੇ ਆ ਜਾਂਦੇ ਵਾਂਗੇ ਇੰਦਰ ਇੱਧਰ ਆ ਗਾ ਹੱਸਦਾ ਪਿਆ ਇੰਦਰ ਉਹ ਇੰਦਰ ਹੱਸ ਲੈ
ਜੀ ਹੁਣ ਆ ਗਈ ਮੇਰੀ ਛੋਟੀ ਭੈਣ ਦੀ ਵਾਰੀ ਤੇ ਹੁਣ ਮੇਰੀ ਛੋਟੀ ਭੈਣ ਮੰਨਦੀ ਆ ਸਾਰਿਆਂ ਨੇ ਹੁੰਦਾ ਭਰਾ ਦੇ ਇਧਰ ਆਵਾਂ ਦੀ ਉਹ ਦੋ ਹੀ ਮੰਨਦੇ ਦੁਨੀਆ ਦੇ ਮੰਨਦੇ ਕਿ ਭਰਜਾਈ ਦੇ ਤੇ ਫਿਰ ਬੰਨੂ ਭਤੀਜੇ ਦੇ ਇਧਰੋਂ ਭਤੀਜੀ ਬੰਦੀ ਆ ਭਤੀਜੇ ਦੇ ਰੱਖੜੀ ਤੇ ਸਾਨੂੰ ਫਿਰ ਵੀ ਰਾਤ ਹੋ ਗਈ ਸੀ ਰੱਖੜੀਆਂ ਬੰਦਿਆਂ ਨੂੰ 10:30 ਵੱਜ ਹੀ ਗਏ ਸੀ ਪੂਰਾ ਹੱਸ ਪੂਰੇ 9:30 ਹੋ ਗਏ ਸੀ ਤਕਰੀਬਨ ਅਤੇ ਅਸੀਂ ਰੋਟੀ ਵੀ ਬਹੁਤ ਜ਼ਿਆਦਾ ਲੇਟ ਖਾਧੀ ਆ ਅਤੇ ਬਸ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਲੱਗ ਗਏ ਸੀ ਕਰਨ ਅਤੇ ਲਓ ਜੀ ਤੁਸੀਂ ਵੀਡੀਓ ਨੂੰ ਪੂਰਾ ਫੁੱਲ ਵਾਚ ਜ਼ਰੂਰ ਕਰਨਾ ਅਤੇ ਪੂਰੀ ਵੀਡੀਓ ਦਾ ਆਨੰਦ ਮਾਣਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਐਵੇਂ ਤੁਹਾਡੇ ਵਾਸਤੇ ਕਿੱਦਾਂ ਦੇ ਬਲੌਗ ਲੈ ਕੇ ਆਇਆ ਕਰੀਏ ਅਤੇ ਤਾਂ ਜੋ ਸਾਨੂੰ ਪਤਾ ਲੱਗੇ ਐਵੀ ਕਿੱਦਾਂ ਦੇ ਬਲੌਗ ਦੇਖਣਾ ਤੁਸੀਂ ਪਸੰਦ ਕਰਦੇ ਹੋ ਅਸੀਂ ਉੱਦਾਂ ਦੀ ਬਲੌਗ ਤੁਹਾਡੇ ਵਾਸਤੇ ਬਣਾਇਆ ਕਰਾਂਗੇ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਐਵੇਂ ਬਲੌਗ ਤੁਹਾਨੂੰ ਕਿੱਦਾਂ ਦੇ ਪਸੰਦ ਨੇ ਅਤੇ ਅਸੀਂ ਉੱਦਾਂ ਦੀ ਬਲੌਗ ਬਣਾਇਆ ਕਰਾਂਗੇ ਅਤੇ ਚਲੋ ਜੀ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਅਤੇ ਫੁੱਲ ਵਾਚ ਕਰਨਾ ਅਤੇ ਆਨੰਦ ਮਾਣਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਵਧੀਆ ਲੱਗੀ ਹੈ ਕਿ ਨਹੀਂ ਲੱਗੀ ਅਤੇ ਬਾਕੀ ਕੋਈ ਗੱਲ ਨਹੀਂ ਇੱਕ ਮੇਰੀ ਭੈਣ ਹੈ ਅਤੇ ਉੱਦਾਂ ਤਾਂ ਉਹ ਮੇਰੀ ਵੀਡੀਓ ਦੇਖਦੀ ਉਹ ਮੇਰੀ ਭੈਣ ਹੈਗੀ ਮੈਨੂੰ ਲੱਗਦਾ ਆਸਟ੍ਰੇਲੀਆ ਤੋਂ ਨਿੰਮਦੀ ਦੀ ਅਤੇ ਉਹ ਮੇਰੇ ਮਤਲਬ ਕਿ ਇੱਕ ਦੋ ਵੀਡੀਓ ਉਹਨਾਂ ਨੇ ਮੇਰੀ ਦੇਖੀ ਹੈ ਅਤੇ ਇੱਕ ਦੋ ਵੀਡੀਓ ਪੂਰੀ ਵਧੀਆ ਵੀ ਲੱਗੀਆਂ ਨੇ ਅਤੇ ਦੋ ਕੁ ਵੀਡੀਓਆਂ ਦੇ ਵਿੱਚ ਉਹਨਾਂ ਨੇ ਲਿਖਿਆ ਬੇਕਾਰ ਬਲੌਗ ਅਤੇ ਕੋਈ ਗੱਲ ਨਹੀਂ ਅਤੇ ਜੋ ਦੀਦੀ ਤੁਸੀਂ ਬੇਕਾਰ ਬਲੌਗ ਲਿਖਦੇ ਹੋ ਅਸੀਂ ਬਹੁਤ ਖੁਸ਼ ਹਾਂ ਤੁਸੀਂ ਸਾਡਾ ਬਲੌਗ ਦੇਖਦੇ ਹੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਕਰੋ ਇਹ ਵੀ ਇਹਦੇ ਵਿੱਚ ਬਲੌਗ ਦੇ ਵਿੱਚ ਆਹ ਗਲਤੀ ਆ ਜਾਂ ਇੱਦਾਂ ਦੀ ਵੀਡੀਓ ਨਾ ਪਾਇਆ ਕਰੋ ਅਤੇ ਇਸ ਲਈ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਅਤੇ ਸਾਨੂੰ ਗਲਤੀ ਦਾ ਜੋ ਅਹਿਸਾਸ ਹੋ ਜੇ ਅਸੀਂ ਗਾਹਾਂ ਤੋਂ ਉਹ ਗਲਤੀ ਨਾ ਕਰਿਆ ਕਰੀਏ ਪਰ ਜ਼ਰੂਰ ਦੱਸਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਅਤੇ ਬਹੁਤ ਬਹੁਤ ਧੰਨਵਾਦ ਉਹ ਦੀਦੀ ਦਾ ਜੋ ਮੇਰੇ ਬਲੌਗ ਦੇਖਦੇ ਨੇ ਆਸਟ੍ਰੇਲੀਆ ਤੋਂ ਅਤੇ ਅੱਜ ਵਾਲਾ ਬਲੌਗ ਵੀ ਦੇਖਣ ਪਲੀਜ਼ ਫੁੱਲ ਵਾਚ ਜ਼ਰੂਰ ਕਰਨ ਅਤੇ ਬਾਕੀ ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਵੀ ਸਭ ਦੇ ਮਤਲਬ
ਤੇ ਸਭ ਦੇ ਘਰ ਇਦਾਂ ਹੀ ਖੁਸ਼ੀਆਂ ਬਣੀਆਂ ਰਹਿਣ ਤੇ ਇਦਾਂ ਹੀ ਖੁਸ਼ੀਆਂ ਅਵਿੰਦ ਸਭ ਤੋਂ ਪਹਿਲਾਂ ਬਣਾ ਕੇ ਤੋੜ ਪੈਣਾ ਭਰਾਵਾਂ ਦੇ ਰੱਖੜੀ ਬੰਨਣ ਤੇ ਵੈਸੇ ਜੇ ਭੈਣ ਨੂੰ ਲੈਣ ਦੀ ਭੁੱਖ ਨਹੀਂ ਹੁੰਦੀ ਹੈਗੀ ਬਸ ਭੈਣ ਨੂੰ ਇਦਾਂ ਹੀ ਭਾਈ ਹੱਸਦਾ ਵੱਸਦਾ ਰਹੇ ਤੇ ਉਹਦੇ ਕੰਮ ਦੇ ਵਿੱਚ ਵਰਕਤਾ ਪਾਵੇ ਤੇ ਵੱਧ ਤੋਂ ਵੱਧ ਤਰੱਕੀ ਕਰੇ ਤੇ ਇਹੀ ਅਰਦਾਸ ਕਰਦੀ ਹਾਂ ਮੈਂ ਤਾਂ ਪਰਮਾਤਮਾ ਅੱਗੇ ਤੇ ਸਭ ਦੇ ਘਰੇ ਇੱਦਾਂ ਹੀ ਖੁਸ਼ੀਆਂ ਮਨਾਉਣ ਤੇ ਇੱਦਾਂ ਹੀ ਸਭ ਦੇ ਘਰੇ ਤਰੱਕੀਆਂ ਸਾਰਿਆਂ ਦੇ ਭਰਾ ਇੱਦਾਂ ਹੀ ਤਰੱਕੀਆਂ ਕਰਨ ਤੇ ਭੈਣਾਂ ਤਾਂ ਇਹੀ ਅਰਦਾਸ ਕਰਨਗੀਆਂ ਤੇ ਚਲੋ ਜੀ ਵੀਡੀਓ ਤੁਸੀਂ ਫੁੱਲ ਵਾਚ ਜ਼ਰੂਰ ਕਰਨਾ ਤੇ ਬਾਕੀ ਤਾਂ ਤੁਸੀਂ ਵੀਡੀਓ ਅੱਗੇ ਦੇਖਦੇ ਰਹੋ ਤੇ ਫੁੱਲ ਵਾਚ ਜ਼ਰੂਰ ਕਰਿਓ ਜੀ। ਔਰ ਛੁੱਟੀ ਨਹੀਂ ਦੀ ਉਹਨਾਂ ਨੂੰ ਇਹਨਾਂ ਦੀ ਛੁੱਟੀ ਵੀ ਕਰਾਈ ਸੀਗੀ ਮੇਰੀ ਵੀ ਕਰਾਈ ਉਹਨਾਂ ਨੇ ਕਈ ਛੁੱਟੀਆਂ ਦਿੱਤੀ ਨਹੀਂ ਕਾਸੀ ਅਸ ਲੋ ਜੀ ਰੋਟੀ ਪਾਣੀ ਅਸੀਂ ਛੱਕ ਲਿਆ ਤੇ ਆ ਦੇਖੋ ਝੂਠੇ ਭਾਂਡੇ ਆ ਪਏ ਨੇ ਸਾਡੇ ਤੇ ਸਬਜ਼ੀ ਮੈਂ ਖਾਂਦੀ ਤੀ ਮੈਂ ਕਿਹਾ ਚੱਲ ਵੀਡੀਓ ਸ਼ੂਟ ਕਰ ਸਬਜ਼ੀ ਦੀ ਉਹ ਕਰ ਲੈਣੇ ਥੋੜੀ ਜੀ ਇੱਧਰ ਦੇਖੋ ਫੋਨ ਚੱਲਦਾ ਇੱਧਰ ਹੁਣ ਇਹ ਫੋਨ ਚੱਲੂ ਆ 12 ਵਜੇ ਤੱਕ ਤੇ ਸਰਦਾਰ ਜੀ ਨੇ ਪੈਣ ਦੀ ਤਿਆਰੀ ਆ ਇੱਧਰ ਬੈਠੇ ਨੇ ਮੰਮੀ ਤੇ ਛੋਟੀ ਭੈਣ ਆ ਇੱਧਰ ਇੱਕ ਖੰਡੀ ਆ ਪਤਾ ਨਹੀਂ ਕੀ ਕਰੀ ਜਾਂਦਾ ਤੇ ਲੋ ਜੀ ਇੰਨਾ ਆਪਾਂ ਰੋਟੀ ਵਗੈਰਾ ਖਾ ਲਈ ਤੇ ਹੁਣ ਬਾਕੀ ਦੀ ਵੀਡੀਓ ਜਿਹੜੀ ਅਗਲੀ ਸਵੇਰ ਦੀ ਵੀਡੀਓ ਹੋਈ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਸੀ ਆਪਣੀ ਰੱਖੜੀਆਂ ਵਾਲੀ ਤੇ ਘਰ ਦਾ ਟੂਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਮਿਲਦੇ ਆ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।